ਸਤਿ ਸ਼੍ਰੀ ਅਕਾਲ, ਅਸਲਾਮੁਅਲੈਕਮ, ਨਮਸਕਾਰ। ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ, ਧਰਤੀ ਦੇਸ ਪੰਜਾਬ ਦੀ ਟੀਮ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅਸੀਂ 1947 ਦੀ ਵੰਡ ਦੇ ਹਵਾਲੇ ਨਾਲ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਬਜ਼ੁਰਗਾਂ ਨੂੰ ਮਿਲਦੇ ਹਾਂ, ਅਤੇ ਜੋ ਉਹਨਾਂ ਦੀਆਂ 1947 ਦੀਆਂ ਵੰਡ ਦੀਆਂ ਯਾਦਾਂ ਨੇ ਅਸੀਂ ਉਹਨਾਂ ਨੂੰ ਰਿਕਾਰਡ ਕਰਦੇ ਹਾਂ ਤਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਤੇ ਸਾਡੀ ਟੀਮ ਅੱਜ ਆਈ ਆ ਜੀ ਪਿੰਡ ਲੁਡਿਆਣਵੀ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਅਤੇ ਇਹ ਪਿੰਡ ਜਿਹੜਾ ਆ ਦਰਿਆ ਬਿਆਸ ਦੇ ਬਿਲਕੁਲ ਲਾਗੇ ਵਸਿਆ ਹੋਇਆ ਪਿੰਡ ਹੈ। ਅਤੇ ਇਹ ਪਿੰਡ ਵੀ ਮੁਸਲਮਾਨਾਂ ਦਾ ਪਿੰਡ ਸੀ, ਅਤੇ ਉਹਨਾਂ ਦੀਆਂ ਯਾਦਗਾਰਾਂ ਹਜੇ ਵੀ ਪਿੰਡ ਵਿੱਚ ਮੌਜੂਦ ਨੇ। ਅਤੇ ਅਸੀਂ ਜਾ ਕੇ ਕਰਦੇ ਹਾਂ ਜੀ ਬਜ਼ੁਰਗਾਂ ਨਾਲ ਗੱਲਾਂ ਬਾਤਾਂ, ਅਤੇ ਜੋ ਉਹਨਾਂ ਦਾ 1947 ਦੇ ਉਹਨਾਂ ਜੇਨ ਵਿੱਚ ਨੇ ਬਜ਼ੁਰਗਾਂ ਦੀ 1947 ਦੀ ਵੰਡ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਹਾਂਜੀ, ਸਤਿ ਸ਼੍ਰੀ ਅਕਾਲ, ਅਸਲਾਮੁਅਲੈਕਮ, ਨਮਸਕਾਰ। ਮੈਂ ਤੁਹਾਡਾ ਆਪਣਾ ਹਰਜੀਤ ਸਿੰਘ, ਅਤੇ ਧਰਤੀ ਦੇਸ ਪੰਜਾਬ ਦੀ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਅੱਜ ਪਹੁੰਚੀ ਆ ਜੀ ਪਿੰਡ ਲੁਧਿਆਣਵੀ। ਅਤੇ ਇਹ ਜਿਹੜਾ ਪਿੰਡ ਆ ਦਸੂਹੇ ਤੋਂ ਜਦੋਂ ਅਸੀਂ ਦਰਿਆ ਵਾਲੀ ਸਾਈਡ ਨੂੰ ਜਾਂਦੇ ਹਾਂ ਤਾਂ ਉਹਦੇ ਉੱਤੇ ਇਹ ਪਿੰਡ ਵਸਿਆ ਹੋਇਆ ਆ। ਅਤੇ ਇਹ ਪਿੰਡ ਜਿਹੜਾ ਆ 1947 ਤੋਂ ਪਹਿਲਾਂ ਇੱਕ ਮੁਸਲਮਾਨ ਬਹੁਲ ਪਿੰਡ ਸੀ, ਅਤੇ 1947 ਤੋਂ ਬਾਅਦ ਸਾਡੇ ਜਿਹੜੇ ਸਿੱਖ ਬਜ਼ੁਰਗ ਆ ਇਹ ਉੱਠ ਕੇ ਇਹ ਇਹਨਾਂ ਪਿੰਡਾਂ 'ਚ ਆ ਕੇ ਆਬਾਦ ਹੋਏ ਆ। ਅਤੇ ਕਰਦੇ ਹਾਂ ਜੀ ਬਜ਼ੁਰਗਾਂ ਨਾਲ ਗੱਲਾਂ ਬਾਤਾਂ, 1947 ਦੀਆਂ ਇਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਤੁਹਾਡੇ ਅੱਗੇ ਅਸੀਂ ਰੂਬਰੂ ਕਰਦੇ ਹਾਂ। ਬਜ਼ੁਰਗੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਜ਼ੁਰਗੋ। ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ। ਹੁਸ਼ਿਆਰ ਸਿੰਘ। ਅਤੇ ਪਿਤਾ ਦਾ ਜੀ? ਬੁੱਢਾ ਸਿੰਘ। ਦਾਦੇ ਦਾ ਜੀ ਪਤਾ? ਗਿਆਨ ਸਿੰਘ। ਗਿਆਨ ਸਿੰਘ, ਹਾਂ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਦੇ ਲੋਕਲ ਵਸਿੰਦੇ ਆ ਕਿ ਪਾਕਿਸਤਾਨ ਦੇ? ਪਾਕਿਸਤਾਨ ਆ। ਅੱਛਾ, ਕਿਹੜਾ ਪਿੰਡ ਸੀਗਾ ਜੀ? 132 ਚੱਕ ਸਾਹੂ ਵਾਲਾ। 132 ਚੱਕ ਸਾਹੂ ਵਾਲਾ, ਹੈ ਨਾ। ਅਤੇ ਤਹਿਸੀਲ ਉਹਦੀ? ਝੁੰਮਰਾ। ਚੱਕ ਝੁੰਮਰਾ, ਜ਼ਿਲ੍ਹਾ ਲੈਲਪੁਰ। ਜ਼ਿਲ੍ਹਾ ਲੈਲਪੁਰ। ਤਾਂ ਹੁਣ ਜਿਹੜਾ ਲੈਲਪੁਰ ਬਜ਼ੁਰਗੋ ਫੈਸਲਾਬਾਦ ਬਣਾਤਾ ਉਹ? ਚੇਤਨ ਸਲਾਰ ਵਾਲਾ। ਅੱਛਾ ਜੀ। ਮਨਜੀਤ ਸਲਾਰ ਵਾਲੇ ਪੈ ਗਈ ਸੀ। ਅੱਛਾ ਜੀ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਆਪਣਾ ਪਿੰਡ ਦੱਸਦੇ ਆ ਨਾ, ਉਹਦੇ ਲਾਗੇ ਲਾਗੇ ਦੋ ਚਾਰ ਪਿੰਡਾਂ ਦਾ ਪਤਾ ਨਾ ਉਹਨਾਂ ਦੇ? ਹਾਂ, ਗੁੱਚਵਾਣਾ, ਰੱਤੀਆਂ, ਕੰਨਣ ਸਿਆਣ, ਮੀਤਰਾਂ ਵਾਲੀ, ਫਿਰ ਪਾੜੰਗ, ਫਿਰ ਪੜੋਪੀਆਂ, ਬਲੌਲਪੁਰ, ਲੱਦਣਾ, ਇੱਧਰ ਚਲੇ ਕਮੀ, ਮਲਿਆਣੀ, ਬਾਹਮਣੀ ਵਾਲਾ, ਬੈਲਪੁਰ ਵਾਲਾ ਕਾਫੀ ਦੂਰ ਸੀ ਥੋੜ੍ਹਾ ਜਿਹਾ। ਅਤੇ ਇਹ ਬਜ਼ੁਰਗੋ ਜਿਹੜੇ ਪਿੰਡ ਆ ਨਾ, ਇਹ ਮੁਸਲਮਾਨ ਬਹੁਤ ਸੀਗੇ, ਰਲੀ ਮਿਲੀ ਆਬਾਦੀ ਦੇ? ਰਲੀ ਮਿਲੀ ਆਬਾਦੀ ਸੀ ਉਸ। ਅੱਛਾ ਜੀ। ਅਤੇ ਜਦੋਂ 47 ਤੋਂ, ਜਦੋਂ 47 ਹੋਈ ਆ, ਉਮਰ ਕਿੰਨੀ ਸੀ ਤੁਹਾਡੀ? ਮੈਂ ਉਦੋਂ ਕੋਈ 1928 ਦਾ ਜਨਮ, 20 ਸਾਲ ਦਾ। ਹਾਂ, ਮਤਲਬ ਚੰਗੇ ਤਗੜੇ ਜਵਾਨ ਸੀਗੇ ਨਾ? ਤਗੜਾ। ਅਤੇ ਵਿਆਹ ਹੋਇਆ ਸੀਗਾ ਜੀ? ਵਿਆਹ ਹੋਇਆ 66 ਜੀ। ਅੱਛਾ, 66 ਇੱਥੇ ਆ ਕੇ ਹੋਇਆ ਨਾ, ਠੀਕ ਆ। ਅਤੇ ਜਿਹੜਾ ਪਿੰਡ ਸੀਗਾ ਨਾ, ਤੁਹਾਡਾ ਘਰ ਕਿੱਥੇ ਸੀ ਉਹ ਉੱਥੇ? ਘਰ ਸਾਡਾ ਮਤਲਬ ਵੀ ਪਿੰਡੋਂ ਵੜਦਿਆਂ ਇੱਧਰ ਬਰਵਾਲੇ ਹਨ, ਆਹ ਘਰ ਸਾਡਾ, ਆਹ ਘਰ ਇੱਕ ਵਧਾਵਾ ਸਿੰਘ ਮਾੜੂ ਹੁੰਦਾ ਸੀ, ਉਹਦਾ ਪਿਛਲੇ ਪਾਸੇ ਕਰਤਾਰ ਸਿੰਘ ਲੰਬੜਦਾਰ ਦਾ ਭਰਾ ਸੀ, ਆਹ ਕਰਤਾਰ ਸਿੰਘ ਦੂਜਾ ਸੀਗਾ ਲੰਬੜਦਾਰ ਦਾ ਵੱਡਾ ਭਰਾ ਸੀ, ਹਾਂਜੀ, ਉਹਦਾ ਨਾਂ ਸੀ ਅਤਰ ਸਿੰਘ। ਅੱਛਾ ਜੀ। ਅਤੇ ਇੱਧਰ ਮਈਆ ਸਿੰਘ, ਗੋਪਾਲ ਸਿੰਘ, ਪਿਛਲੇ ਪਾਸੇ ਸਾਡੇ ਇਸ ਤਰ੍ਹਾਂ ਹਿਮਾਲੇ ਬਣੇ ਹਨ, ਹਿਮਾਲੇ ਪਿੱਠਾਂ ਜੁੜੀਆਂ ਹਨ, ਅਤੇ ਬੂਹੇ ਬਾਹਰ ਨੂੰ ਹਨ, ਚਾਰ ਚੁਫੇਰੇ ਗਈਆਂ। ਅਤੇ ਪਿੰਡ ਕਿੱਡਾ ਕੁ ਵੱਡਾ ਸੀਗਾ ਤੁਹਾਡਾ? ਪਿੰਡ ਬਹੁਤ ਵੱਡਾ ਸੀ। ਅੱਛਾ ਜੀ। 200 ਪੱਗਬੰਨ ਸਾਡਾ ਸਰਦਾਰ ਸੀ ਉੱਥੇ, ਪੱਗਬੰਨ ਜਿਹੜੇ ਵਿਆਹ ਚੜੇ ਨੇ, ਅਤੇ 1200 ਮੁਸਲਮਾਨ ਪੱਗਬੰਨ। ਅੱਛਾ, ਮਤਲਬ ਤਕੜਾ ਸੀਗਾ ਪਿੰਡ, ਹੈ ਨਾ, ਬਹੁਤ ਵੱਡਾ ਪਿੰਡ। ਤਾਂ ਕਿੰਨੀਆਂ ਪੱਤੀਆਂ ਸੀ ਪਿੰਡ ਦੀਆਂ? ਪੱਤੀਆਂ ਭਾਈ ਜੀ ਪੱਤੀ, ਮੇਰੇ ਜੀ ਪੱਤੀ, ਸਰਦਾਰ ਕੀ ਪੱਤੀ, ਇਹਨਾਂ ਦਾ ਮੈਨੂੰ ਪਤਾ। ਠੀਕ, ਤਾਂ ਤੁਹਾਡੀ ਕਿਹੜੀ ਪੱਤੀ 'ਚ ਆਉਂਦਾ ਜੀ ਘਰ? ਸਰਦਾਰ ਕੇ। ਅੱਛਾ ਜੀ। ਬਜ਼ੁਰਗੋ, ਪਿੰਡ ਦੇ ਲੰਬੜਦਾਰ ਦਾ ਪਤਾ ਨਾ? ਲੰਬੜਦਾਰ ਅਤਰ ਸਿੰਘ ਸੀ। ਲੰਬੜਦਾਰ ਅਤਰ ਸਿੰਘ ਪਿੰਡ ਦਾ, ਹੈ ਨਾ। ਹਾਂ। ਅਤੇ ਜਿਹੜਾ ਜੈਲਦਾਰ? ਜੈਲਦਾਰ ਸਾਡੇ ਪਿੰਡ ਦਾ ਨਹੀਂ ਕੋਈ। ਅੱਛਾ ਜੀ। ਕਪੂਰ ਸਿੰਘ ਸੀ, ਚੱਲ ਜੀ ਵਾਹਵਾ ਸੀ ਜੀ।
ਤੇ ਮਤਲਬ ਵੀ ਜਾਇਦਾਦ ਦਾ ਨਹੀਂ ਮੈਨੂੰ ਪਤਾ ਪਹਾੜੀ ਦਾ ਜਾਇਦਾਦ ਸੀ ਚਾਹੇ ਬਲੌਰਪੁਰ ਦਾ ਜਾਇਦਾਦ ਪਿੰਡ ਦੇ ਵਿਚ ਕੋਈ ਮਜ਼ਹਬੀ ਮਸਲਾ ਤਾਂ ਨਹੀਂ ਸੀਗਾ ਰਲ ਮਿਲ ਕੇ ਸਾਰੇ ਰਹਿੰਦੇ ਰਲ ਮਿਲ ਕੇ ਕੋਈ ਮਸਲਾ ਨਹੀਂ ਹੈ ਨਾ ਮਤਲਬ ਕੋਈ ਕਿਸੇ ਦਾ ਸਾਰੇ ਤੇਲ ਮੇਲ ਕੋਈ ਨਹੀਂ ਸੀ ਹਿੰਦੂ ਸਿੱਖ ਰਲ ਕੇ ਰਹਿੰਦੇ ਹਨ ਮੁਸਲਮਾਨ ਜਿਹੜੇ ਅਸੀਂ ਵਿਆਹ ਸ਼ਾਦੀ ਸੀ ਨਾ ਉਹ ਰਸਤਾ ਥੋੜ੍ਹਾ ਲੈਂਦੇ ਸੀ ਅਤੇ ਮਤਲਬ ਖਾਂਦੇ ਹਨ ਆਪ ਬਣਾ ਕੇ ਅਸੀਂ ਉਹਨਾਂ ਦੇ ਵਿਆਹਾਂ 'ਚ ਵੀ ਖਾਂਦੇ ਪੀਂਦੇ ਸਾਨੂੰ ਭਰਾਵਾਂਗੇ ਹਾਂ ਆਉਂਦੇ ਜਾਂਦੇ ਸੀਗੇ ਨਾ ਹਰ ਚੀਜ਼ ਨੂੰ ਮੰਨਦੇ ਸਨ ਉਹ ਕਿਉਂ ਬਲਾ ਜਿਹੜੇ ਮੁਸਲਮਾਨ ਚੀਨੇ ਹਨ ਨਾ ਉਹ ਬਹੁਤ ਸਾਡੀ ਕਰਦੇ ਹਨ ਜਿਹੜੇ ਮੁਸਲਮਾਨ ਚੀਮੇ ਉਹ ਵੀ ਜੱਟਾਂ ਤੋਂ ਸਿੱਖਾਂ ਤੋਂ ਕਨਵਰਟ ਹੋ ਗਏ ਮੁਸਲਮਾਨ ਬਣੇ ਹੋਣੇ ਨਾ ਮਤਲਬ ਕਿਤੇ ਪਿਛਲੇ ਬਜ਼ੁਰਗਾਂ ਤੋਂ ਆਹੋ ਸਿੱਖੇ ਹਨ ਤੇ ਬਜ਼ੁਰਗ ਪੜ੍ਹੇ ਵੀ ਉੱਥੇ ਚੌਥੀ ਥੋੜੀ ਗਏ ਆ ਸਕੂਲੇ ਮਾੜੇ ਮੋਟੇ ਪਿੰਡੇ ਜੀ ਦਾ ਸਕੂਲ ਵੀ ਅੱਛਾ ਜੀ ਪਾਣੀ ਦਰਮੀ ਦਾ ਸਕੂਲ ਸੀ ਪਾਣੀ ਕੇਂਦਰੀ ਵਾਲੇ ਨਾਲ ਅੱਛਾ ਜੀ ਫਿਰ ਗੁੰਨਾ ਗੋਜਰਾ ਕਰਸਾ ਲੰਘ ਕੇ ਹਾਂ ਫਿਰ ਪਿੰਡ ਪੈਂਦੇ ਉਹ ਸਾਰੇ ਚੀਮਿਆਂ ਦੇ ਅੱਛਾ ਜੀ ਮੁਸਲਮਾਨ ਆਇਆ ਚੀਮਿਆਂ ਜਦੋਂ ਆਏ ਆ ਉਹਨਾਂ ਰਾਹ 'ਚ ਆ ਕੇ ਸਾਨੂੰ ਦੁੱਧ ਪਿਆਇਆ ਮੈਂ ਰੋਂਦੇ ਸਨ ਖੂਨ ਤਾਂ ਆਪਣਾ ਹੀ ਸੀਗਾ ਠੀਕ ਆ ਸਹੀ ਗੱਲ ਅੱਛਾ ਬਜ਼ੁਰਗੋ ਜਿਹੜੇ ਤੁਹਾਡੇ ਨਾਲ ਪੜ੍ਹੇ ਆ ਨਾ ਤੁਹਾਡੇ ਹਮ ਉਮਰ ਸੀਗੇ ਸਕੂਲੇ ਪੜ੍ਹਦੇ ਉਹ ਨਾਂ ਪਤਾ ਉਹਨਾਂ ਦੇ ਇੱਕ ਦੇ ਨਾ ਪਤਾ ਇੱਕੋ ਦੇ ਅੱਛਾ ਜੀ ਇਹਨਾਂ ਜ਼ਿਆਦਾ ਪਿਆਰ ਸੀ ਕੀ ਨਾਂ ਸੀ ਮੀਆਂ ਕਰਮਲਾਈ ਦਾ ਪੁੱਤਰ ਸੀ ਉਹ ਮੀਰਾ ਮੀਆਂ ਕਰਮਲਾਈ ਦਾ ਪੁੱਤ ਹਾਂ ਕੀ ਨਾਂ ਸੀ ਉਹਦਾ ਜਫੀ ਖਾਨ ਅੱਛਾ ਜੀ ਇਹ ਕਿਹੜੀ ਬਰਾਦਰੀ ਦਾ ਸੀ ਮੁਸਲਮਾਨ ਬਰਾਦਰੀ ਕੋਈ ਪਤਾ ਉਹਨਾਂ ਦੀ ਕਿਹੜੀ ਸੀ ਇਹ ਨੀ ਪਤਾ ਨਾ ਰਹਿੰਦੇ ਇਕੱਠੇ ਸੀਗੇ ਮਤਲਬ ਜਵਾਨੀ ਇਕੱਠੀ ਇਕੱਠੇ ਹੰਡਾਈ ਹੈ ਨਾ ਛੋਟਾ ਮੁੰਡਾ ਮਤਲਬ ਇਕੱਠੇ ਸੌਣਾ ਇਕੱਠੇ ਰਹਿਣਾ ਇਕੱਠੇ ਬਹਿਣਾ ਕੋਈ ਤੇਲ ਮੇਲ ਨਹੀਂ ਮਤਲਬ ਰੋਟੀ ਪਾਣੀ ਵੀ ਇੱਕ ਘਰ ਹੀ ਖਾਈ ਖਾ ਪੀ ਲੈਣਾ ਨਾ ਜਦੋਂ ਅਸੀਂ ਆਏ ਹਾਂ ਨਾ ਉਦੋਂ ਦਸ ਦਿਨ ਦੇਖਾ ਮੀਆਂ ਬੋਲਿਆ ਸੀ ਮੀਆਂ ਕਹਿੰਦਾ ਮੁਜ਼ਫਰੀ ਰਾਮਦਾਦੇ ਇਹਨੂੰ ਘਰ ਨਾ ਲਿਆਇਆ ਕਰ ਇਹ ਮਾਲ ਹੈਗਾ ਚੰਗੜਾਂ ਦਾ ਇਹ ਮਾਰ ਛੱਡਿਆ ਨਾ ਤੇ ਜਿੰਨਾ ਇਹਦਾ ਮਾਂ ਪਿਓ ਜਾਏਗਾ ਉਹਨਾਂ ਆਖਣਾ ਮੀਂਹ ਮਰਵਾਇਆ ਮੁੰਡਾ ਸਾਡਾ ਤੇ ਤੂੰ ਵੀ ਨਾ ਜਾਇਆ ਕਰ ਇਹਦੇ ਕੋਲ ਅੱਛਾ ਆਹ ਗੱਲਾਂ ਮੀਆਂ ਨੇ ਸਾਨੂੰ ਮੈਨੂੰ ਸਮਝਾਈਆਂ ਜਿਹੜਾ ਮੀਆਂ ਸੀਗਾ ਕੀ ਕੰਮ ਕੀ ਕਰਦਾ ਸੀ ਉਹ ਮਸੀਤ ਦੀ ਇਬਾਦਤ ਕਰਦਾ ਮੌਲਵੀ ਸੀਗਾ ਫਿਰ ਹੈ ਨਾ ਮੌਲਵੀ ਦਾ ਮੁੰਡਾ ਮਤਲਬ ਸੀਗਾ ਤੁਹਾਡਾ ਮਿੱਤਰ ਜਿਹੜਾ ਸੀਗਾ ਨਾ ਅੱਛਾ ਜੀ ਅਸੀਂ ਇਕੱਠੇ ਰਹਿੰਦੇ ਹਾਂ ਤੁਹਾਨੂੰ ਕੋਈ ਪਤਾ ਨਹੀਂ ਨਾ ਮੁਸਲਮਾਨ ਦਾ ਨਾ ਸਿੱਖ ਦਾ ਨਾ ਹਿੰਦੂ ਦਾ ਜਿੱਥੋਂ ਲੱਭੇ ਖਾ ਲੈਣਾ ਪੀ ਲੈਣਾ ਬੱਚਿਆਂ ਨੇ ਜਾਂਦੇ ਹਾਂ ਉੱਥੇ ਭਲਵਾਨ ਖਾਨ ਮਹਮਦ ਸੀ ਉਹਦੇ ਘਰ ਜਾਣਾ ਦੇਣਾ ਸੀ ਉਹਦਾ ਅਤੇ ਉਹਨੇ ਆਖਣਾ ਇਹਨੂੰ ਇਕੱਠਾ ਖਵਾਓ ਇਕੱਠਾ ਅਤੇ ਦੇਣਾ ਦੁੱਧ ਪਾਣੀ ਭਰ ਕੇ ਘਿਓ ਦੀ ਦੁੱਧ ਜਾਣਾ ਫਿਰ ਬੁੱਚਾ ਨੇ ਪਿੰਡ ਜਾਣਾ ਉੱਥੇ ਥੋਫਾ ਵੈਂਸ ਸੀ ਉਹਦੇ ਘਰ ਜਾਣਾ ਤਾਂ ਉਹਨਾਂ ਵੀ ਕਾਫੀ ਮੈਂ ਆਇਆ ਕੀ ਲੈਣ ਆਇਆ ਉਹ ਬਾਬੇ ਜੋਗਾ ਤੰਬਾਕੂ ਲੈਣ ਆਇਆ ਸਾਈ ਰੱਖਿਆ ਉਹਨਾਂ ਜੋਗਾ ਤੰਬਾਕੂ ਲਿਆਂਦਾ ਤੰਬਾਕੂ ਜੋ ਦੋ ਵੱਟੀਆਂ ਕੱਪੜ ਵੱਟੇ ਤੰਬਾਕੂ ਜਦੋਂ ਆਉਣਾ ਤਾਂ ਇਹਨੂੰ ਇਕੱਠਾ ਖਵਾਓ ਕਹਿਣਾ ਇਕੱਠਾ ਦੇਣਾ ਘਿਓ ਦੇਣਾ ਘਿਓ ਹੈ ਫਿਰ ਚਾਹੂ ਸ਼ੇਖ ਸੀ ਘਿਓ ਪਿਆਜ
ਜਗਨਨਾਥੀ ਕੌਡੀਆਂ ਹੁੰਦੀਆਂ ਨਾ, ਤਿੰਨ ਕੌਡੀਆਂ ਘਿਓ ਦੀਆਂ ਪੀ ਲੈਣੀਆਂ ਤੇ ਘਰ ਨੂੰ ਤੁਰ ਹੋਣਾ, ਘੋੜੇ ਚੜ ਕੇ ਇੰਨੇ ਨਾਲ ਤੰਬਾਕੂ ਬੰਨ ਕੇ ਉੱਥੇ ਧਰਨਾ ਦੇਖਣਾ। ਮਤਲਬ ਖੁਰਾਕ ਜਿਹੜੀ ਘਰ ਦੇ ਵੀ ਪੂਰਾ ਖਿਆਲ ਰੱਖਦੇ ਹੁੰਦੇ ਸੀ ਨਾ? ਨਹੀਂ ਘਰ ਦੇ ਨਹੀਂ, ਘਰ ਘਰ ਖਾਂਦੇ ਖਾਂਦੇ ਆ, ਉਹ ਜਿਹਦੇ ਘਰ ਜਾਣਾ ਨਾ ਉਹਨਾਂ ਘਿਓ ਦੁੱਧ ਹੀ ਦੇਣਾ ਕਿਸੇ ਦੇ ਘਰ। ਉਹ ਸਾਡੇ ਉੱਥੇ ਇੱਕ ਨਰਮਾ ਬੜਾ ਹੁੰਦਾ ਸੀ, ਝਿੜਨੇ ਵੀ ਬੜੇ ਲੋਕ ਪਾਉਂਦੇ ਮੱਝਾਂ ਨੂੰ, ਗੋਦਿਆਂ ਦੀ ਬਾਹਰ ਦੀਆਂ ਮੱਝਾਂ ਜਿਹੜੀਆਂ ਨੇ ਜਾਂ ਮੁਕਤਸਰ ਦੀਆਂ ਮੱਝਾਂ ਇੱਕ ਬਰੋਬਰ ਦੀਆਂ। ਪਾਕਿਸਤਾਨ ਅਸੀਂ ਮਤਲਬ ਬਈ ਆਹ ਕਿਸੇ ਨੂੰ ਕੋਈ ਨੀ ਕਿਹਾ ਨਾ ਸਾਨੂੰ ਕਿਹਾ ਕੋਈ। ਅੱਛਾ ਬਜ਼ੁਰਗ, ਜ਼ਮੀਨ ਕਿੰਨੀ ਸੀ ਤੁਹਾਡੀ ਉੱਥੇ? ਮੁਰੱਬਾ ਸੀ, ਇੱਕ ਮੁਰੱਬਾ ਸੀ ਤੇਰਾ? ਨਹੀਂ ਜ਼ਿਆਦਾ ਵੀ ਐਸੀ। ਅੱਛਾ ਪਿਛਲੇ ਪਿੰਡ ਐਸੀ ਪੈਲੀ ਕੋਈ ਡੱਲੇਪੁਰ ਸੀ, ਉਹ ਬਜ਼ੁਰਗਾਂ ਅਲਾਟਮੈਂਟ ਹੀ ਨਹੀਂ ਕਰਾਈ ਤਾਂ ਕਿੱਥੇ ਆ ਕਿੱਥੇ। ਅੱਛਾ ਜੀ, ਡੱਲੇਪੁਰ ਆ ਜੀ, ਠੀਕ ਆ। ਉਹ ਜਿਹੜੇ ਪਿੰਡ ਜਿਹੜੇ ਇੱਕ ਮੁਰੱਬਾ ਸੀਗਾ ਨਾ, ਉੱਥੇ ਪਾਣੀ ਕਾਹਦਾ ਲੱਗਦਾ ਸੀ? ਉਹਨੂੰ ਨਹਿਰ ਦਾ। ਨਹਿਰ ਦਾ, ਕਿਹੜੀ ਨਹਿਰ ਸੀਗੀ? ਨਹਿਰ ਇਹ ਸੰਗੇ ਉਹ ਜਾਂਦੀ ਨਹਿਰ ਕੋਈ। ਅੱਛਾ ਜੀ, ਉਹਦੇ ਰਾਵੀ ਦਾ ਪਾਣੀ ਪੈਂਦਾ ਹੈ ਤੇ ਉਹ ਪਾਣੀ ਤਿੰਨ ਭਾਰ ਵਾਰੀ ਸਾਡੀ ਹੁੰਦੀ ਸੀ। ਅੱਛਾ ਜੀ, ਮਤਲਬ ਦੋ ਭਾਰ ਸਾਡੀ, ਦੋ ਭਾਰ ਸਾਡੀ ਸਾਥੀ ਦੀ, ਚਾਰ ਭਾਰ ਸਾਨੂੰ ਖਾਦ ਦੀ ਵਾਰੀ ਮਿਲਦੀ ਸੀ। ਮੋਗਾ ਇੱਕ ਹੀ ਸੀ ਏਡੇ ਵੱਡੇ ਪਿੰਡ ਦਾ, ਨਾਲ ਕਮਾਲ ਕਮਾਲਪੁਰ ਦਾ ਮੋਗਾ ਵੱਖਰਾ ਸੀ। ਕੋਈ ਤੇਲ ਮੇਲ ਨਹੀਂ, ਨਾ ਮੁਸਲਮਾਨਾਂ ਦੀ ਨਾ ਸਿੱਖਾਂ ਦੀ। ਪਾਣੀ ਵਾਰੀ ਨਾਲ ਸਾਡਾ ਬਾਬਾ ਵੇਲੀ ਰਾਮ, ਵੇਲੀ ਰਾਮ ਕੋਲ ਘੜਿਆਲ ਹੁੰਦਾ ਹੈ ਪੂਰਾ, ਉਹ ਮਤਲਬ ਪਈ ਉਹਦਾ ਟਾਈਮ ਪੁੱਛ ਕੇ ਪੰਦਰਾਂ ਮਿੰਟ ਉਹਨਾਂ ਦੇਣੇ ਸਾਨੂੰ ਪਹੁੰਚਣ ਦੇ ਲੱਗੇ। ਅੱਛਾ ਜੀ, ਅਤੇ ਪੰਦਰਾਂ ਮਿੰਟਾਂ 'ਚ ਦੌੜ ਕੇ ਪਹੁੰਚ ਜਾਣਾ ਜਾਂ ਘੋੜੇ ਦੇ ਚੜ ਜਾਣਾ ਜਾਂ ਨੱਕਾ ਬੰਨ ਲੈਣਾ। ਠੀਕ ਆ, ਤਾਂ ਬਜ਼ੁਰਗ ਫਸਲ ਵਾੜੀ ਕਿਹੜੀ ਬੀਜਦੇ ਸੀ? ਨਰਮਾ। ਅੱਛਾ ਜੀ, ਅਤੇ ਜਾਂ ਮਤਲਬ ਪਈ ਕਣਕ। ਅੱਛਾ ਜੀ, ਵਡਾਣੇ ਕਣਕ ਮੰਜੀ ਮੰਜੀ ਕੋਈ ਨਹੀਂ ਲਾਉਂਦਾ, ਜਦੋਂ ਆਇਆ ਉਦੋਂ ਲਾਈਆਂ ਮੰਜੀ। ਉਦੋਂ ਸ਼ੁਰੂ ਕੀਤੀਆਂ ਸੀਗੀਆਂ ਨਾ? ਸ਼ੁਰੂ ਕੀਤੀਆਂ, ਮਤਲਬ ਪਾਣੀ ਮਿਲਿਆ ਸੀ ਨਹਿਰ ਦਾ ਜ਼ਿਆਦਾ, ਸਾਨੂੰ ਪਾਣੀ ਜ਼ਿਆਦਾ ਮਿਲਿਆ, ਭਾਅ ਵਧੀਆ ਲਾਇਆ ਕਰੋ, ਕਿਲਾ ਕਿਲਾ ਦੋ ਕਿਲੋ ਤਾਂ ਦੋ ਸੌ ਕੱਟ ਕੇ ਦੋ ਮਕਾਈ ਸਾਡੇ ਪਹੁੰਚ ਹੁੰਦੀ ਹੁੰਦੀ ਹੈ ਨਾ, ਹੁਣ ਹੁਣ ਸਾਡੇ ਪਹੁੰਚ ਹੁੰਦੀ। ਕਣਕ ਦੇ ਨਾਲ ਬੀਜਣੀਆਂ ਤਲੀਆਂ, ਗੰਨਾ ਬੜਾ ਹੁੰਦਾ ਸੀ, ਗੰਨਾ ਰੱਖੇ ਹਨ ਬੜੇ ਬੜੇ ਬੰਦੇ ਬਰਬਿਆਂ ਦੀ ਹਵੇਲੀਆਂ ਹਨ ਤਗੜੇ ਸੀਗੇ ਨਾ ਤੇ ਮਤਲਬ ਅੰਦਰ ਬੰਨਦੇ ਨੀ, ਇੰਨੀ ਖਰਾਕ ਹੁੰਦੀ ਸੀ ਗੋਂਗਲੂ ਗੋਂਗਲੂ ਪਾਣੇ ਵਾਲੇ ਛੜ ਗਏ ਆ ਨਾ, ਇਹ ਬੀਜਾਂ ਦੇ ਮਾਇਆ ਏਡਾ ਦਾ ਹੋਣਾ, ਖੁਦ ਖੁਦ ਕੇ ਟੋਕੇ ਦਾ ਸੁਣੇ ਖੁਦੇ ਮੱਝਾਂ ਬਾਈ ਦੁੱਧ ਦਿੰਦੀਆਂ ਦੇ ਭਾਅ ਗੋਂਗਲੂ ਦਾ ਸਾਡੇ ਬੜੀ ਹੁੰਦੀ ਹੈ ਕਿਆ ਵੀ ਉਹ ਜਲ ਡਿੱਗ ਗਿਆ ਉਹ ਉੱਜਲ ਗਿਆ ਨਾ, ਤਾਂ ਦੁੱਧ ਵੀ ਨਹੀਂ ਵੇਚਦਾ ਨਾ ਉਸ ਟਾਈਮ 'ਤੇ ਕੋਈ ਨਾ, ਕੋਈ ਨਹੀਂ ਕੋਈ ਦੁੱਧ ਨਹੀਂ ਵੇਚਦਾ, ਉੱਥੇ ਪਤਾ ਹੀ ਨਹੀਂ ਦੁੱਧ ਦਾ। ਦੇਸੀ ਕਪਾਹ ਥੋੜੀ ਜਿਹੀ ਬੀਜਣੀ ਘਰ ਵਾਸਤੇ, ਨਰਮੇ
ਖਾਕੀ ਨਰਮਾ ਬਜ਼ੁਰਗੋ ਜਿਹੜਾ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਸਿਰ ਕੱਢਵੇਂ ਬੰਦੇ ਸੀਗੇ ਹੈ ਨਾ ਤੇ ਉਹ ਕਿਹੜੇ ਕੀ ਨਾਂ ਸੀ ਉਹਨਾਂ ਦੇ ਚੋਰੀ ਬਰਕਤ ਵਾਲੀ ਸੀ ਅੱਛਾ ਜੀ ਬੰਦਾ ਵੱਡਾ ਮੇਰਾ ਚਿਹਰਾ ਪੱਤਾ ਇਹ ਭਰਾ ਹਨ ਬਾਪੂ ਜੀ ਸਾਡੇ ਸੱਚੇ ਹਨ ਅੱਛਾ ਇਹ ਵੀ ਚੀਮੇ ਸੀਗੇ ਅੱਛਾ ਜੀ ਮਤਲਬ ਇਹਨੇ ਸਾਨੂੰ ਕੱਢਿਆ ਅੱਛਾ ਜੀ ਬਚਾ ਕੇ ਬਚਾਇਆ ਨਾ ਨਾਲ ਹੋ ਕੇ ਤੇ ਵਿੱਚ ਮੁਸਲਮਾਨ ਗੁਰੂ ਗ੍ਰਾਮ ਕਾਦਰ ਸੀ ਬੁਰੇ ਹਨ ਖਾਨ ਮੁਹੰਮਦ ਸ਼ੇਰ ਬੁਰੇ ਉਹਨੇ ਨਾਮ ਦੇ ਲਿਆ ਉਹ ਦੋ ਭਰਾ ਸੀ ਖਾਨ ਮੁਹੰਮਦ ਸ਼ੇਰ ਦਾ ਉਹਨੇ ਸਾਡੇ ਚਾਹ ਦੇ ਮੇਰਾ ਭਾਈ ਉਹਨੇ ਮੇਰਾ ਬੇਟਾ ਅੰਬਰ ਸੀ ਅੱਛਾ ਦੇ ਅੰਬਰ ਅੱਛਾ ਜੀ ਤੇ ਕੋੜੇ ਹਨ ਘਰ ਤੇ ਕੋੜਿਆਂ ਦਾ ਅੱਛਾ ਜੀ ਮੁਸਲਮਾਨਾਂ ਦਾ ਉਹਨਾਂ ਦੇ ਜਦ ਚੈੱਕ ਕੋੜਾ ਜਾਂਦਾ ਉਹ ਉਹਨਾਂ ਦੇ ਉਹਦੇ ਜਿਹੜੇ ਜਾਈਦਾ ਹੈ ਜਲਦਾਰ ਨੂੰ ਵੋਟਾਂ ਨਹੀਂ ਹਨ ਪਾਈਆਂ ਅੱਛਾ ਜੀ ਕਿਹੜਾ ਕੀ ਨਾਂ ਸੀ ਉਹਦਾ ਬਲੌਲਪੁਰ ਦਾ ਸੀ ਜਲਦਾਰ ਸੀ ਜਿਹੜੀਆਂ ਮਤਲਬ 1946 ਵਿੱਚ ਵੋਟਾਂ ਪਈਆਂ ਸੀਗੀਆਂ ਨਾ 46 ਚ ਪਈਆਂ ਨੇ ਜਾਂ ਕਦੋਂ ਪਈਆਂ ਨੇ ਉਹਨੇ ਆਖਿਆ ਵੀ ਸਰਦਾਰਾ ਮੇਰੇ ਤੇ ਪੱਗ ਗਈ ਲੈ ਉਹਨੇ ਪੱਗ ਲਾ ਦਿੱਤੀ ਇਹਨਾਂ ਚੁੱਕ ਕੇ ਸਿਰ ਤੇ ਧਰ ਦਿੱਤੀ ਪਿੰਡ ਵਾਲਿਆਂ ਨੇ ਦੂਜੇ ਪਿੰਡ ਦੇ ਵਾਲੇ ਅੱਛਾ ਜੀ ਸਾਡੇ ਪਿੰਡ ਦੇ ਵਾਲੇ ਉਹ ਤਿੰਨ ਚਾਰ ਪਿੰਡ ਅੱਗੇ ਜਾਗੋ ਦਾ ਪਿੰਡ ਹੁਣ ਜਾਣਾ ਸੀ ਤੇ ਉਹ ਫਿਰ ਉਹਦਾ ਪੁੱਤਰ ਸੀ ਉਹ ਇੱਧਰੋਂ ਗਿਆ ਸੀ ਹਿੰਦੁਸਤਾਨ ਚੁੱਕ ਦੇ ਥਾਣੇਦਾਰ ਸੀ ਉਹ ਦਸੇ ਲੈਣਾ ਪੈਂਦਾ ਇਹਦੇ ਉਹਦੇ ਫਿਰ ਮਾਂ ਨੇ ਆਖਿਆ ਵੀ ਮਾਂ ਦਾ ਦੁੱਧ ਪੀਤਾ ਹੀ ਨਾ ਇਸ ਪਿੰਡ 'ਤੇ ਤੂੰ ਚੜ੍ਹਾਈ ਨਹੀਂ ਕਰਨੀ ਅੱਛਾ ਜੀ ਇਹਨਾਂ ਦੀ ਮਦਦ ਕਰਨੀ ਹੈ ਇਹਨਾਂ ਤੇਰੇ ਪਿਓ ਦੀ ਪੱਗ ਲੱਤੀ ਸਿਰ 'ਤੇ ਧਰ ਕੇ ਤੈਨੂੰ ਜਲਦਾਰ ਬਣਾਇਆ ਵਾਹ ਜੀ ਵਾਹ ਅੱਛਾ ਜੀ ਇਸ ਤਰ੍ਹਾਂ ਹੀ ਸੀ ਪਿਆਰ ਸੀ ਉਹਨਾਂ ਫਿਰ ਮਦਦ ਕੀਤੀ ਹੈ ਮਦਦ ਕੀਤੀ ਨਾ ਵੀ ਮਤਲਬ ਕੋਈ ਹਮਲਾ ਨਹੀਂ ਹੋਣ ਦਿੱਤਾ ਤੁਹਾਡੇ ਪਿੰਡ ਦੇ ਹਮਲਾ ਨਹੀਂ ਉਹ ਮਤਲਬ ਵੀ ਉਹ ਨਾਲ ਲੈ ਕੇ ਬੰਦੇ ਦੇ ਘੋੜੀ 'ਤੇ ਕਰਦਾ ਸੀ ਕਿਹੜੇ ਪਿੰਡ ਦਾ ਸੀਗਾ ਜੀ ਉਹ ਬਲੌਲਪੁਰ ਦਾ ਤੇ ਨਾਂ ਕੀ ਸੀ ਉਹਦਾ ਲੱਖਾ ਇਹਨੇ ਫਿਰ ਸਮਝ ਲਿਆ ਅੱਛਾ ਜੱਫਾ ਪਾ ਲਿਆ ਅੱਛਾ ਫਿਰ ਉਹ ਜਦੋਂ ਇੱਧਰ ਆਇਆ ਨਾ ਬਾਅਦ ਚੋਂ ਪੁਲਿਸ ਭਰਤੀ ਹੋ ਗਏ ਤਾਂ ਸਾਧੂ ਜਿਹੜਾ ਅੱਛਾ ਉਹ ਰੂੜੀ ਬਲੋਚਾਂ ਦੀ ਪਿੰਡ ਹੈ ਉੱਥੇ ਚੌਂਕੀ ਲੱਗੀ ਨਹੀਂ ਉਸ ਤਰ੍ਹਾਂ ਦੇ ਬਲੋਚ ਭਾਗੋ ਦਾਈ ਹੈ ਦਾਈ ਮਾਈ ਹੁੰਦੀ ਉੱਥੋਂ ਦੀ ਬਲੋਚੀ ਮੈਂ ਨਿਆਣੇ ਜਮਾਨ ਨੂੰ ਅੱਛਾ ਤੂੰ ਸਾਡੇ ਜਿਹੜੇ ਸਾਡਾ ਰਾਹ ਤੇ ਸੀ ਨਾ ਪਾਣੀ ਪੂਣੀ ਪੀ ਖਾ ਲੈਂਦੇ ਕਈਆਂ ਰੋਟੀ ਵੀ ਖਾ ਲੈਂਦੇ ਆਹੋ ਜੀ ਗੱਲ ਕੋਈ ਨੀ 47 ਤੋਂ ਪਹਿਲਾਂ ਕੋਈ ਮਜ਼ਹਬੀ ਮਸਲਾ ਨਹੀਂ ਕੋਈ ਵੀ ਗੱਲ ਨਹੀਂ ਅੱਛਾ ਜੀ ਅੰਗਰੇਜ਼ਾਂ ਨੇ ਆਪਣੀ ਚਾਲ ਚਾਲ ਖੇਡੀ ਪਾਕਿਸਤਾਨ ਚ ਉਹਨਾਂ ਨੂੰ ਕੀ ਮਿਲਿਆ ਕੋਈ ਨੀ ਮਿਲਿਆ ਗਲਤ ਹੋਈ ਸਾਨੂੰ ਸਾਰੇ ਪਾਸੇ ਹਿੰਦੂ ਜਿਹੜੇ ਨੇ ਹਿੰਦੂ ਲੋਕ ਮਾਰੇ ਨੇ ਜਦੋਂ ਜਿਹੜੇ ਵਾਲੇ ਬਾਅਦ ਗੋਲੀ ਚੱਲੀ ਤਿੰਨ ਹਜ਼ਾਰ ਆਦਮੀ ਮਰਿਆ ਮਰਿਆ ਸੀ ਨਾ ਮਰਿਆ ਤੇ ਕੋ ਵੱਡਾ ਗਵਰਨਰ ਆਇਆ ਉਦੋਂ ਇੰਗਲੈਂਡ ਤੋਂ ਉਹਨੇ ਆਖਿਆ ਵੀ ਸਿੱਖ ਚਾਹਤੇ ਕਿਆ ਉੱਥੇ ਮਹਾਤਮਾ ਗਾਂਧੀ ਦੇ ਜਵਾਹਰਲਾਲ ਨਹਿਰੂ ਆ ਗਏ ਕਹਿੰਦਾ ਇਹਨਾਂ ਨੂੰ ਰਾਜ ਦੇ ਦੇਈਏ ਪਾਕਿਸਤਾਨ ਪੰਜਾਬ ਦਾ ਤੇ ਜਵਾਹਰ ਲਾਲ ਨਹਿਰੂ ਨੇ ਆਖਿਆ ਵੀ ਇਹਦਾ ਕੰਮ ਕਰੇ ਬਾਂਦਰ ਕੌਣ ਜੇ ਭਰਾ ਨੂੰ ਭਰਾ ਮਾਰ ਚੜਦਾ ਸੰਤੇ ਦਾ ਦੇਵੀ ਚੜ੍ਹਦੇ ਹੈ ਤੇ ਤੁਸੀਂ ਇਹ ਕੰਮ ਕਰਿਓ ਉਦੋਂ ਫਿਰ ਇਹਨਾਂ ਨੇ ਮੰਤ ਕੱਢੇ ਗੁਰਦੁਆਰੇ ਯਾਦ ਕਰਦੇ ਤੇ ਕਮੇਟੀ ਬਣਾ
ਤੇ ਮੰਤ ਕਰ ਦਿੱਤੇ ਤੇ ਇਹਨਾਂ ਦੀਆਂ ਕਮੇਟੀਆਂ ਬਣਾ ਇਹਨੇ ਜੇ ਬਾਏ ਖੁਸ਼ ਹੋ ਗਏ ਬਾਂਦਰ ਤੇ ਆਪ ਬਣੇ ਜਦੋਂ ਉਹ ਇਹ ਮੰਗਦੇ ਪੰਜਾਬ ਦਾ ਰਾਜ ਤੇ ਅੰਗਰੇਜ਼ਾਂ ਨੇ ਹੁੰਦੇ ਜਾਣਾ ਮਾੜੀ ਮੋਟੀ ਸੀ ਗੱਲਬਾਤ ਗੋਲੀ ਚਲਾਉਣੇ ਬੰਦ ਕਰ ਤੇ ਪਠਾਨਾਂ ਨੇ ਕਰ ਜਾਣੇ ਪਠਾਨ ਨੇ ਗੋਲੀ ਮਾਰ ਦਿੱਤੀ ਇਹਦੇ ਮਾਰਤੀ ਆਹੋ ਅੱਛਾ ਫਿਰ ਉਹ ਚ ਧਰਵਾਲੀ ਆ ਜਥਾ ਲੈ ਕੇ ਲਕਸ਼ਮਣ ਸਿੰਘ ਉਹ ਹੈ ਹੋ ਗਿਆ ਖਾਲੀ ਹੱਥੀ ਹਨ ਕਰਤਾਰ ਸਿੰਘ ਝੱਬਰ ਮੰਤਰੀ ਕੁਈਆਂ ਦੇ ਦਿੱਤੀਆਂ ਉਹਨੂੰ ਸਰਕਾਰ ਨੇ ਦਵਾਈਆਂ ਸਰਕਾਰ ਨੇ ਆਪ ਹੀ ਦੇ ਅੱਛਾ ਫਿਰ ਸੈਤਲ ਸਿੰਘ ਲੱਭਦੇ ਰਹੇ ਮੰਤਰੀ ਮਾਰਨ ਵਾਸਤੇ ਤੇ ਮੰਤਰੀ ਚ ਆ ਗਿਆ ਸੀ ਟੱਕੀ ਉਹ ਜਿਹੜਾ ਸਰਕਾਰ ਲਕਸ਼ਮਣ ਦਾਸ ਜੀ ਆਉਣਾ ਸੀ ਉਹਦਾ ਨਰੈਣ ਦਾਸ ਨਰੈਣ ਦਾਸ ਜਿਹੜਾ ਹੈਗਾ ਅੱਛਾ ਜੀ ਉਹ ਇੱਥੇ ਮਰਿਆ ਹਰਿਆਣੇ ਦੇ ਕੋਲ ਟੱਕੀ ਜਿਹੜਾ ਟੱਕੀ ਮੰਤਾਂ ਨੇ ਟੱਕੀ ਹਾਂ 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 ਦੂਏ ਦੇ ਲਿਖਿਆ ਉਰਦੂ ਦੇ ਵਿੱਚ ਅੱਛਾ ਜੀ ਵਾਹ ਵਾਹ ਜੀ ਵਾਹ ਨਵੀਂ ਤੁਹਾਡੇ ਤੋਂ ਗੱਲ ਪਤਾ ਲੱਗੀ ਆ ਤੁਹਾਡੇ ਜਿਹੜੇ ਦੋਸਤ ਸੀਗੇ ਉੱਥੇ ਪਾਕਿਸਤਾਨ 'ਚ ਉਹਨਾਂ ਦੇ ਭਰਾ ਸੀ ਅੱਛਾ ਤੁਹਾਡੇ ਜਿਹੜੇ ਪਾਕਿਸਤਾਨ ਦੇ ਉਹ ਜਿਹੜੇ ਦੋਸਤ ਸੀਗੇ ਉਸ ਟਾਈਮ 'ਤੇ ਹੈ ਨਾ ਜਿਹਨਾਂ ਮੇਰਾ ਭਾਈਚਾਰਾ ਸੀ ਨਾ ਹਾਂਜੀ ਉਹਦੇ ਵੱਡੇ ਭਰਾ ਦੋਏ ਦਾਦਾ ਹੀ ਸਨ ਅੱਛਾ ਤੇ ਅਸੀਂ ਜਹਾਜ਼ ਵੇਖਣ ਲਾਹੌਰ ਜਾਂਦੇ ਹੁੰਦੇ ਹਾਂ ਅੱਛਾ ਉਹਦੇ ਨਾਲ ਵੀ ਜਹਾਜ਼ ਦੇਖ ਕੇ ਆਉਣੇ ਆ ਅੱਛਾ ਅਸੀਂ ਉੱਥੇ ਤਗੜੇ ਹਾਂ ਬਿਨਾਂ ਜਾਈਦਾ ਅਸੀਂ ਘਰੋਂ ਬਿਨਾਂ ਜਾਣਾ ਬੱਸ ਤੇ ਸੁੱਟ ਕੇ ਬਗੈਰ ਦੱਸੋ ਸਟੇਸ਼ਨ ਤੋਂ 500 ਟਿਕਟ ਹਾਂ ਕੱਢੀ ਸੀ ਮਾਸਟਰ ਦੀ ਅੱਛਾ ਆਪਣੇ ਸਟੇਸ਼ਨ ਮਾਸਟਰ ਦੀ ਬਿਮਾਰੀ ਖੋਲ ਕੇ ਨਾ ਅਸੀਂ ਜਿੱਥੇ ਮਰਜ਼ੀ ਸੈਰ ਕਰੀਏ ਅੱਛਾ ਦਰਿੰਦਰ ਗਿਆਨ ਦੇ ਜਾਣੇ ਜਮਾ ਤੇ ਫੜਿਆ ਫੜਿਆ ਨਹੀਂ ਕਿਸੇ ਨੇ ਫੜਿਆ ਦਾਦੀ ਬਾਬਾ ਜੀ ਸਤਿ ਸ੍ਰੀ ਅਕਾਲ ਰਾਮਦਾ ਗਿਆ ਕਹਿੰਦਾ ਰਾਤ ਤੂੰ ਇੱਧਰ ਕੀ ਕਰਨਾ ਤੇ ਅੰਦਰ ਨਿਕਾਲ ਦੇਣਾ ਬੰਦੇ ਕਹਿੰਦੇ ਚਲੋ ਠੀਕ ਆ ਬਜ਼ੁਰਗ ਸਤਿ ਸ੍ਰੀ ਅਕਾਲ ਬੁਲਾ ਦੀ ਹਾਂਜੀ ਚਲੋ ਠੀਕ ਆ ਬਜ਼ੁਰਗ ਤੁਸੀਂ ਦੱਸਿਆ ਵੀ ਸੇਬ ਵਧੀਆ ਸੀਗਾ ਕੋਈ ਮਸਲਾ ਨਹੀਂ ਸੀਗਾ ਨਾ ਉੱਥੇ ਕੋਈ ਗੱਲ ਹੀ ਨਹੀਂ ਜਿਹੜੇ ਅੱਗ ਬਲੀ ਹੈ ਮਤਲਬ ਵੀ ਜਦੋਂ ਹੋਲਾ ਹੋਇਆ ਨਾ ਸਾਡਾ ਹੋਲਾ ਮਹੱਲਾ ਗੁਜਰੇ ਅਸੀਂ ਗਏ ਆ ਅੱਛਾ ਜੀ ਉਹ ਸਵੇਰੇ ਇੱਕ ਸਿੰਘ ਇਧਰੋਂ ਗਿਆ ਜਲੰਧਰੋਂ ਅੱਛਾ ਜੀ ਉਹਨੇ ਲੈਕਚਰ ਕੀਤਾ ਕਿ ਜਿਹੜੀ ਪਠਾਨਕੋਟੋਂ ਅੰਮ੍ਰਿਤਸਰ ਲੈਣ ਜਾਂਦੀ ਹੈ ਨਾ ਉਸ ਰੇਲ ਦੇ ਵਿੱਚੋਂ 60 ਲੱਖਾਂ ਹਿੰਦੂਆਂ ਦੀਆਂ ਚੁਰੇ ਮਾਰੇ ਨੇ ਮੁਸਲਮਾਨ ਨਿਕਲੀਆਂ ਨੇ ਅੰਮ੍ਰਿਤਸਰ ਆਹ ਲੈਣ ਕੋਈ ਨਹੀਂ ਸੀ ਤੁਸੀਂ ਆਈ ਗਈ ਗੱਲ ਕਰ ਚੜੀ ਫਿਰ ਮਿੰਟ ਗੁਰੀ ਰੋਲ ਪਿੰਡੀ ਉੱਧਰ ਉੱਧਰ ਬੰਗਾਲ ਕਾੜੀ ਚ ਵਾਸੁਦੇਵ ਹੋਇਆ ਉਹਨੇ ਗਦਰ ਪਾਤਾ ਅੱਛਾ ਬਜ਼ੁਰਗ ਫਿਰ ਤੁਹਾਡੇ ਪਰਿਵਾਰ ਨੂੰ ਕਿੱਦਾਂ ਪਤਾ ਲੱਗਾ ਵੀ ਹੁਣ ਸਾਨੂੰ ਹਨਾ ਉੱਠਣਾ ਪੈਣਾ ਹੈ ਨਾ ਨਹੀਂ ਸਾਰੇ ਪਿੰਡ ਦੀ ਸਲਾਹ ਇੱਕ ਸੀ ਅੱਛਾ ਜੀ ਤੇ ਜਦੋਂ ਫਿਰ ਜਾਗਦਾ ਉਹਨੇ ਉਹ ਮਾਨ ਨੇ ਚੰਗੇ ਗਿਆ
ਭਾਈਚਾਰੇ ਤੌਰ ਤੇ ਸਮਾਨ ਅਸੀਂ ਉਹਦੇ ਨਾ ਹੀ ਸਾਨੂੰ ਕਰਦੇ ਅਸੀਂ ਉਹਨਾਂ ਨਾਲ ਇਹ ਮਤਾ ਕੀਤਾ ਵਾ ਸਾਨੂੰ ਮਗਰੋਂ ਜੀ ਲੁੱਟਣਾ ਲੋਕਾਂ ਨੇ ਮਾਰ ਕੇ ਤੁਸੀਂ ਸਮਾਨ ਚੁੱਕੋ ਆਪਣੇ ਘਰੇ ਲੈ ਲਓ ਆਹ ਡੰਗਰ ਵੀ ਖੋਲ ਕੇ ਲੈ ਲਓ ਟੰਗਰ ਲੈ ਲਓ ਘੋੜੀਆਂ ਲੈ ਲਓ ਉਹਨਾਂ ਨੂੰ ਫਿਰ ਇਸ ਚੀਜ਼ ਨਾਲ ਬਦਲ ਗਿਆ ਫਿਰ ਜਦੋਂ ਇਹ ਵਾਸਤੇ ਮਾਰਨਾ ਇਹ ਲੁੱਟਣ ਵਾਸਤੇ ਦੋ ਤਿੰਨ ਦਿਨ ਰਹੇ ਗੱਡੀ ਆਈ ਰੋਟੀ ਪਾਣੀ ਜਿਹੜਾ ਸੀਗਾ ਉਹ ਫੇਰ ਪਿੰਡ ਵਾਲੇ ਦੇ ਕੇ ਜਾਂਦੇ ਰੋਟੀ ਪਾਣੀ ਸਾਡੇ ਕੋਲ ਸੀਗਾ ਗੱਡੀਆਂ ਦੇ ਉੱਤੇ ਸਮਾਨ ਲੈ ਗਿਆ ਜਦੋਂ ਉੱਥੋਂ ਗੱਡੀ ਚੜੇ ਆ ਪੌੜੀਆਂ ਲਾ ਕੇ ਛੱਤ ਦੇ ਉੱਤੇ ਚੜੇ ਅੱਛਾ ਜੀ ਛੱਤ ਦੇ ਉੱਤੇ ਤੇ ਜਿਹੜੇ ਜਦੋਂ ਗੱਡੇ ਗੁੱਡੇ ਆ ਸਾਰੇ ਉੱਥੇ ਚੱਕ ਚੁੰਮਰੇ ਛੱਡਦੇ ਨਹੀਂ ਮਹਿਮਾਨ ਲੈ ਆ ਅੱਛਾ ਠੀਕ ਆ ਜਿਹੜੇ ਤੁਹਾਨੂੰ ਛੱਡਣ ਗਏ ਸੀ ਉੱਥੇ ਹਨਾ ਉਹ ਲੈ ਆ ਚੱਕ ਝੁਮਰੇ ਤੋਂ ਟ੍ਰੇਨ ਤੇ ਆਏ ਅੱਛਾ ਜੀ ਕੋਈ ਹਮਲਾ ਤਾਂ ਨੀ ਹੋਇਆ ਤੁਹਾਡੇ ਦੇ ਰਾਜ ਕਿਤੇ ਵੀ ਮਾਹੌਲ ਤਾਂ ਕਿਆ ਹਨਾ ਅੱਛਾ ਜੀ ਨਹੀਂ ਹੌਸਲਾ ਪਿਆ 40 ਸਿਪਾਹੀ ਸਾਡੇ ਨਾਲ ਤਾਕਤ ਹੀ ਨਹੀਂ ਪਈ ਛਤਰੇ ਜਾਣਾ ਸਿੰਘ ਹੋਰੀ ਵੱਡੇ ਭਰਾ ਨੇ ਬੰਬ ਬਣਾਏ ਇੱਕ ਸੁੱਟਿਆ ਸੀ ਗੱਡੀਓ ਕੇ ਗੱਡੀ ਲਗਾਈ ਇੱਥੇ ਚੱਲਿਆ ਪੀਲੀ ਡੱਬਾ ਗਾਹੀ ਉੱਥੇ ਪਿਆ ਖੁੱਤ ਫੁੱਟ ਦਿੱਤਾ ਤਾਂ ਉੱਥੋਂ ਫਿਰ ਚੱਕ ਝੁੰਮਰੇ ਤੋਂ ਇੱਧਰ ਲਾਹੌਰ ਤੋਂ ਫਿਰ ਜਲੰਧਰ ਆਏ ਅੰਮ੍ਰਿਤਸਰ ਅੱਛਾ ਜੀ ਉੱਥੇ ਗਏ ਮੈਂ ਨਾਲ ਸਟੇਸ਼ਨ ਦੇ ਬਾਗ ਜਾ ਆਈ ਉਹਦੇ ਵਿੱਚ ਠੀਕ ਦੋ ਤਿੰਨ ਚਾਰ ਦਿਨ ਰਹੇ ਫਿਰ ਜਲੰਧਰ ਆਏ ਅਤੇ ਇਹ ਬਜ਼ੁਰਗੋ ਫਿਰ ਇਹ ਪਿੰਡ ਕਿੱਦਾਂ ਪਹੁੰਚਿਆ ਲੁੜਿਆੜਵੀ ਜਿਹੜਾ ਇਹ ਫਿਰ ਜਦੋਂ ਇੱਥੇ ਕੁਲਦੀਪ ਸਿੰਘ ਵਿਰਕ ਹੁੰਦਾ ਸੀ ਤਹਿਸੀਲਦਾਰ ਅੱਛਾ ਜੀ ਉਹਦੇ ਕਰਕੇ ਫਿਰ ਬੰਦਿਆਂ ਇੱਧਰ ਰਾਸਤਾ ਕਰ ਲਿਆ ਅੱਛਾ ਜੀ ਮਤਲਬ ਪੱਕੀ ਅਲੋਟਮੈਂਟ ਵੀ ਇੱਥੇ ਹੀ ਹੋ ਗਈ ਸਿੱਧੇ ਇੱਥੇ ਆ ਗਏ ਨਹੀਂ ਅਸੀਂ ਫਿਰ ਇੱਥੇ ਤੁਰ ਗਏ ਅੱਛਾ ਜੀ ਅਸੀਂ ਤਰੇ ਬਿਰਾਸ ਪਟਿਆਲੇ ਚ ਅੱਛਾ ਜੀ ਜਿਲ੍ਹਾ ਸਾਵਨ ਤਹਿਸੀਲ ਨਰਵਾਲਾ ਉੱਥੋਂ ਫਿਰ ਸਾਡੀ ਆਪੋ ਹੀ ਗੜਬੜ ਹੋ ਗਈ ਅੱਛਾ ਜੀ ਜਿਹੜੇ ਬੰਦੇ ਗਏ ਹਨ ਉਹਨਾਂ ਦਾ ਲੜਾਈ ਹੋ ਗਈ ਫਿਰ ਵਾਪਸੀ ਇੱਥੇ ਆ ਗਏ ਇੱਥੇ ਅਲਾਟਮੈਂਟ ਹੋ ਗਈ ਨਾ ਅਤੇ ਜਿੰਨੀ ਜ਼ਮੀਨ ਤੁਹਾਨੂੰ ਉੱਥੇ ਸੀਗੀ ਮਿਲੀ ਉੱਨੀ ਇੱਥੇ ਮਿਲ ਗਈ ਗਲਤ ਹੋ ਗਈ ਅੱਛਾ ਜੀ ਇੱਕ ਕਲੇਮ ਇੱਥੇ ਪਿਆ ਇੱਕ ਧਨੋਲੇ ਗੰਜੇ ਪੈ ਗਿਆ ਇੱਕ ਪੈ ਗਿਆ ਉੱਚੀ ਪੱਤਰੀ ਮੀਂਹ ਦਾ ਪਿੰਡ ਦੇ ਟੱਗਰਾਂ 'ਚ ਟੱਗਰਾਂ 'ਚ ਬੁੱਢਿਆਂ ਮਿਲ ਕੇ ਭੱਠੇ ਲੱਗੇ ਜੀ ਉੱਥੇ ਅਤੇ ਜਿਹੜੀ ਮੀਂਹ ਦੇ ਪਿੰਡ ਸੀ ਉਹ ਚੌਣੀ ਦੇ ਸਾਹਮਣੇ ਚੌਣੀ 'ਚ ਆ ਗਈ ਠੀਕ ਆ ਤਾਂ ਰਹਿ ਗਈ ਅਤੇ ਸਾਡੇ ਬਜ਼ੁਰਗਾਂ ਨੇ ਆਪਾਂ ਕਰ ਲਏ ਗੰਜੇ ਉੱਥੇ ਗੰਜੇ ਧਨੋਲੇ ਬਜ਼ੁਰਗ ਗਿਆ ਸੀ
अपनी जवानी तक हो गया ना, ते ताड़ा दिल करदा भी मैं ओ घर बार देख के आवां, घर बार वेखण की लैणा उत्थे जा गया, धर्म दा भरा बणिया ही मोची ਬਿਬਲਾ ਉਹਦਾ ਨਾਂ ਹੈ ਅਤੇ ਅਸੀਂ ਇੱਕ ਬਿਸਤਰਾ ਉਹਦੇ ਘਰ ਚੱਲਦਾ ਸੀ ਅਤੇ ਉਹ ਬਿਸਤਰੇ ਵਾਸਤੇ ਉਹ ਪਿੰਡ ਛੱਡ ਕੇ ਦੌੜ ਗਿਆ ਅੱਛਾ ਚਾਰ ਵੱਟੀਆਂ ਮੈਂ ਇੱਥੋਂ ਨਾ ਚੱਲ ਅੱਛਾ ਜੀ ਸਾਨੂੰ ਇਹ ਲੱਗੇ ਅਤੇ ਮੁੜ ਕੇ ਸਾਡੇ ਬਜ਼ੁਰਗ ਗਏ ਹਨ ਅਤੇ ਉਹ ਪਿੰਡ ਛੱਡ ਕੇ ਪਤਾ ਨਹੀਂ ਕਿੱਥੇ ਤੁਰ ਜਾਏ ਅਤੇ ਬਜ਼ੁਰਗ ਉਹ ਜਿਹੜਾ ਤੁਹਾਡਾ ਕੋਈ ਉੱਥੇ ਜਿਹੜਾ ਮਿੱਤਰ ਸੀਗਾ ਨਾ, ਜਿਹੜਾ ਕੋਈ ਤੁਹਾਡੇ ਪਿਆਰ ਦੇ ਪਿਆਰ ਵਾਲੇ ਸੀਗੇ ਭਾਈ ਪਿਆਰ ਵਾਲੇ ਦੇਖੋ ਉਸ ਵੇਲੇ ਐਸਾ ਪਿਆਰ ਵੀ ਪੇਸ਼ ਨਹੀਂ ਜਾਂਦੀ ਕਿ ਜੋ ਦਸ ਬੰਦੇ ਹੁਣ ਵਿਰੁੱਧ ਅਤੇ ਉੱਥੇ ਗੋਦਰੇ ਜੱਗਾ ਸੀ ਜਗ ਸਿੰਘ ਉਹਦਾ ਨਾਂ ਹੈ ਉਹਨੂੰ ਬਚਾਉਣ ਵਾਸਤੇ ਇੱਕ ਮੁਸਲਮਾਨ ਅੱਗੇ ਹੋਇਆ ਸੀ ਮਿੱਤਰ ਸੀ ਜੇਠ ਗਰੋਥਕ ਦਾਤਾ ਨਾ ਖਾਸ ਰਵਾਨੀ ਕਰਿਆ ਵਾਇਰਲੈਸ ਪੇਟਰ ਸਿਗਨਲ ਹੌਲਦਾਰ ਤੋਪਖਾਨੇ ਅਤੇ ਉਹ ਮੈਨੂੰ ਚਿੱਠੀ ਪੱਤਰ ਮੇਰਾ ਉਹ ਚੱਲਦਾ 71 ਤੋਂ ਬਾਅਦ ਕੋਈ ਉਹਦੀ ਨਹੀਂ ਆ ਨਹੀਂ ਆਈ ਜਾਂ ਉਹ ਮਰ ਗਿਆ ਜਾਂ ਆਇਆ ਭੀਮ ਸਿੰਘ ਜਾਟ ਅੱਛਾ ਆਪਣੇ ਪਿੰਡ ਨੂੰ ਵਾਪਸ ਆਉਂਦੇ ਸੀਗੇ ਨਾ, ਮਤਲਬ ਤੂੜੀ ਦਾਣੇ ਪੱਠੇ ਲੈਣ ਜੋ ਕੋਈ ਆਉਂਦੇ ਅਸੀਂ ਕਹਿੰਦੇ ਕੁਛ ਨੀ ਅੱਛਾ ਜੀ ਸਾਡੇ ਪਿੰਡ ਦੇ ਬੰਦੇ ਜਿੱਥੇ ਜਿੱਥੇ ਬੈਠੇ ਹਨ ਕੋਈ ਬੰਦਾ ਮਾੜਾ ਨਹੀਂ ਜਿਹੜਾ ਆਖਿਰ ਮੈਂ ਮਸਜਿਦ ਦੇ ਉੱਤੇ ਖੜਾ ਕਰਾਂ ਮਸਜਿਦ ਜ਼ਰੂਰ ਨਾ ਉਹ ਕਹਿੰਦਾ ਵੀ ਠੀਕ ਹੈ ਅਸੀਂ ਆ ਗਏ ਹਾਂ ਸਾਨੂੰ ਆ ਕੇ ਪੁੱਛਣ ਤੁਸੀਂ ਕਿੱਦਾਂ ਇੱਥੇ ਪਹੁੰਚ ਗਏ ਬਚ ਕੇ ਕਿਵੇਂ ਆ ਗਏ ਕਿਹਾ ਵੀ ਸਾਨੂੰ ਕੋਈ ਕਈ ਕਿਹਾ ਨਹੀਂ ਕਿਹਾ ਹਾਂ ਕਿਸੇ ਨੂੰ ਕੋਈ ਨਹੀਂ ਕਿਹਾ ਆ ਗਏ ਹਾਂ ਠੀਕ ਆ ਮਤਲਬ ਉੱਥੇ ਸਾਡੇ ਪਿੰਡ ਚ ਇੱਕ ਬੰਦਾ ਮਾੜਾ ਸੀ ਉਹ ਕਰਦਾ ਸੀ ਗਲਾਂ ਦੇ ਜਿੰਨੇ ਜਿੱਥੇ ਅਸੀਂ ਬੈਠੇ ਤਾਂ ਸਾਡੇ ਪਿੰਡ ਦੇ ਬੰਦੇ ਕੋਈ ਮਾੜਾ ਬੰਦਾ ਨਹੀਂ ਮਤਲਬ ਮਦਦ ਹੀ ਕੀਤੀ ਕਿਉਂਕਿ ਉੱਜੜ ਕੇ ਤੁਸੀਂ ਆਏ ਸੀ ਤੁਹਾਨੂੰ ਉਹਦਾ ਦਰਦ ਪਤਾ ਸੀਗਾ ਵੀ ਆਪਣਾ ਘਰ ਬਾਰ ਛੱਡਣ ਦਾ ਨਾ ਠੀਕ ਆ ਉਹਨਾਂ ਨੂੰ ਮਾਰਿਆ ਹਰ ਮਿਲਣਾ ਕੀ ਸੀ ਮਿਲਣਾ ਕੁਛ ਨਹੀਂ ਮੇਰੇ ਕਿਸਾਨ ਟੋਲਾ ਜਿਹੜਾ ਹੈ ਕਿਸਾਨ ਲੋਕ ਜਿਹੜੇ ਜੋ ਇਹੋ ਜਿਹੇ ਕੰਮ ਨੂੰ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਤੇ ਜੋ 1947 ਦੇ ਇਹਨਾਂ ਦਾ ਜ਼ਿਹਨ ਵਿੱਚ ਸੀਗਾ ਪਿੰਡ ਦਾ ਹਾਲਾਤ ਸੀਗੇ ਉਹ ਕਿੱਦਾਂ ਦਾ ਭਾਈਚਾਰਕ ਮਾਹੌਲ ਸੀਗਾ ਉਸ ਵਿੱਚ ਕਿਉਂਕਿ ਜਿਹੜੇ ਮੁਸਲਮਾਨ ਬਜ਼ੁਰਗ ਦੱਸਦੇ ਵੀ ਜਿਹੜੇ ਮੁਸਲਮਾਨ ਪਰਿਵਾਰ ਸੀਗੇ ਹੈ ਨਾ ਜਿਹੜੇ ਜੱਟ ਜੀਵੇ ਸੀਗੇ ਉਹ ਖੁਦ ਜਿਹੜੇ ਉੱਥੇ ਉਹਨਾਂ ਨੂੰ ਕੈਂਪ ਦੇ ਵਿੱਚ ਚੱਕ ਝੁੰਮਲੀ ਛੱਡ ਗਿਆ ਹੈ ਨਾ ਅਤੇ ਜੇ ਤੁਹਾਨੂੰ ਵੀ ਲੱਗਦਾ ਵੀ ਸਾਡੀ ਇਹ ਕੋਸ਼ਿਸ਼ ਚੰਗੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਜੇ ਤੁਹਾਡੇ ਕੋਈ ਬਜ਼ੁਰਗ ਹੈਗਾ ਅਤੇ ਤੁਹਾਨੂੰ ਲੱਗਦਾ ਉਹਨਾਂ ਦੀ ਜਿਹੜੀ ਵੀਡੀਓ ਆ ਸਾਡੇ ਚੈਨਲ ਧਰਤੀ ਦੇਸ਼ ਪੰਜਾਬ ਦੀ ਆਉਣੀ ਚਾਹੀਦੀ ਹੈ ਅਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਅਤੇ ਅਗਾਂਹ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਲਈ ਉਦੋਂ ਤੱਕ ਲਈ ਖੁਦਾ ਹਾਫਿਜ਼ ਰੱਬ ਰੱਖਾ।